ਸਤਿ ਸ਼੍ਰੀ ਅਕਾਲ ਦੋਸਤੋ। ਸੋ ਅੱਜ ਦਾ ਸਾਡਾ ਟੋਪਿਕ ਰਹੇਗਾ ਕਿ USA ਸਟੱਡੀ ਵੀਜ਼ੇ ਦੇ ਵਿੱਚ ਕਿੰਨੀ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਆ, ਕਿਹੜੀ ਕਿਹੜੀ ਸਟੇਜ 'ਤੇ ਫੰਡਸ ਦਿਖਾਉਣੇ ਪੈਂਦੇ ਆ, ਕਿੰਨੇ ਓਲਡ ਚਾਹੀਦੇ ਆ, ਕੀ ਥਰਡ ਪਾਰਟੀ ਦੇ ਅਸੈਪਟੇਬਲ ਆ। ਸੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਜਦੋਂ ਅਸੀਂ I-20 ਅਪਲਾਈ ਕਰਦੇ ਹਾਂ, ਕਿਉਂਕਿ ਬਹੁਤ ਸਟੂਡੈਂਟਸ ਨੂੰ ਲੱਗਦਾ ਹੈ ਕਿ ਫੰਡਸ ਦੀ ਰਿਕੁਆਇਰਮੈਂਟ ਉਦੋਂ ਹੁੰਦੀ ਹੈ ਜਦੋਂ ਅਸੀਂ ਅੰਬੈਸੀ ਅਪੀਅਰ ਹੋਣ ਜਾਂਦੇ ਹਾਂ, ਇੰਟਰਵਿਊ ਲਈ ਜਾਂਦੇ ਹਾਂ, ਜਦਕਿ ਤੁਹਾਨੂੰ ਜਿਹੜੇ ਫੰਡਸ ਚਾਹੀਦੇ ਹੁੰਦੇ ਆ ਜਦੋਂ ਤੁਹਾਡੀ ਯੂਨੀਵਰਸਿਟੀ ਵੱਲੋਂ ਅਸੈਪਟੈਂਸ ਆ ਜਾਂਦੀ ਹੈ ਤਾਂ ਤੁਹਾਨੂੰ ਉਦੋਂ ਵੀ ਯੂਨੀਵਰਸਿਟੀ ਨੂੰ ਫੰਡਸ ਭੇਜਣੇ ਪੈਂਦੇ ਆ। ਔਰ ਫੰਡਸ ਕਿੰਨੇ ਚਾਹੀਦੇ ਆ, ਜਿੰਨੇ ਤੁਹਾਡੀ ਤੁਸੀਂ ਕਿਹੜੀ ਡਿਗਰੀ ਕਰਨ ਚੱਲੇ ਹੋ, ISSA ਡਿਗਰੀ ਕਰਨ ਚੱਲੇ ਹੋ ਜਾਂ ਡਿਗਰੀ ਕਰਨ ਚੱਲੇ ਹੋ, ਉਹਦੇ ਅਕੋਰਡਿੰਗ ਜੋ ਤੁਹਾਡਾ 1 year ਦੀ ਫੀਸ ਹੁੰਦੀ ਆ ਪਲੱਸ ਤੁਹਾਡੀ ਲਿਵਿੰਗ ਕੋਸਟ। ਸੋ ਨਾ ਨਾ ਕਰਦੇ ਹੋਏ ਤੁਹਾਡੇ 30-35 lakh ਦੇ ਫੰਡਸ ਆ ਅਗਰ ਤੁਸੀਂ ਡਿਗਰੀ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ। ਕਿਉਂਕਿ ਇੱਥੇ ਕਿਉਂ ਸਾਨੂੰ ਫੰਡਸ ਜ਼ਿਆਦਾ ਦਿਖਾਉਣੇ ਪੈਂਦੇ ਆ, ਕਿਉਂਕਿ ਨਾ ਤਾਂ ਇੱਥੇ ਪਹਿਲੇ ਫੀਸ ਜਾਣੀ ਆ ਔਰ ਨਾ ਹੀ ਤੁਹਾਡੀ ਕੋਈ GIC ਜਾਂ ਕੁਛ ਇਸ ਤਰੀਕੇ ਦੇ ਨਾਲ ਤੁਹਾਡੇ ਫੰਡਸ ਅਕਾਊਂਟਸ ਹੋਗੇ, ਸਿਰਫ ਸ਼ੋਅ ਕਰਨੇ ਆ। ਸੋ ਉਹਦੇ ਲਈ 1 ਦਿਨ ਪੁਰਾਣੇ ਵੀ ਫੰਡਸ ਚੱਲਦੇ ਆ, ਮੀਨਸ ਕਿ ਤੁਸੀਂ ਨਵੇਂ ਫੰਡਸ ਵੀ ਸ਼ੋਅ ਕਰ ਸਕਦੇ ਹੋ। ਔਰ ਕੋਸ਼ਿਸ਼ ਕਰੋ ਕਿ ਜਿਹੜੇ ਫੰਡਸ ਹੈਗੇ ਉਹ ਆਪਣੇ ਜਾਂ ਆਪਣੇ ਪੇਰੈਂਟਸ ਦੇ ਕਰੋ। ਥਰਡ ਪਾਰਟੀ ਦੇ ਨੋ ਡਾਊਟ ਅਸੈਪਟੇਬਲ ਆ, ਬਟ ਤੁਸੀਂ ਇੰਟਰਵਿਊ ਦੇਣੀ ਆ, ਤੁਹਾਡਾ ਇੱਕ ਰੀਜ਼ਨ ਸਟਰੋਂਗ ਹੋਣਾ ਚਾਹੀਦਾ। ਲਾਈਕ ਸਪੋਜ਼ ਕਰੋ ਕਿ ਕਿਸੇ ਦੇ ਫਾਦਰ ਨਹੀਂ ਆ, ਸੋ ਦੈਟਸ ਵਾਈ ਉਹ ਆਪਣੇ ਗ੍ਰੈਂਡ ਪੇਰੈਂਟਸ ਦੇ ਫੰਡਸ ਸ਼ੋਅ ਕਰ ਰਿਹਾ, ਤਾਂ ਇੱਕ ਲੋਜੀਕਲ ਗੱਲ ਹੈਗੀ ਆ। ਸੋ ਬੈਟਰ ਇਹ ਆ ਕਿ ਥਰਡ ਪਾਰਟੀ ਦੇ ਨਾ ਕਰੋ, ਜਾਂ ਤੁਹਾਡੇ ਕੋਲ ਉਹਦੀ ਪ੍ਰੋਪਰ ਐਕਸਪਲੇਨੇਸ਼ਨ ਹੋਣੀ ਚਾਹੀਦੀ ਆ। ਔਰ ਉਹ ਤੋਂ ਇਲਾਵਾ ਫੰਡਸ ਦੀ ਇੱਕ ਹੋਰ ਚੀਜ਼ ਕਿ ਮਾਰਕੀਟ ਦੇ ਵਿੱਚ ਫੇਕ ਫੰਡਸ ਬਹੁਤ ਦਿਖਾਏ ਜਾਂਦੇ, ਉਹ ਤੋਂ ਅਵੇਅਰ ਰਹੋ, ਕਿਉਂਕਿ ਅੰਬੈਸੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰ ਸਕਦੀ ਆ, ਕਿਉਂਕਿ ਜਦੋਂ ਤੁਸੀਂ ਅੰਬੈਸੀ ਅਪੀਅਰ ਹੋਣਾ ਤੁਸੀਂ ਆਪਣੇ ਫੰਡਸ ਦੇ ਨਾਲ ਲੈ ਕੇ ਜਾਣੇ ਆ, ਔਰ ਫੰਡਸ ਦੀ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਕਿ ਇਹ ਫੰਡਸ ਕਿਸ ਲਿਵਿੰਗ ਆਫ ਕੋਸਟ ਤੋਂ ਆਏ। ਲਾਈਕ ਸਪੋਜ਼ ਕਰੋ ਕਿ ਜਿਹੜੇ ਤੁਸੀਂ ਫੰਡਸ ਆਪਣੇ ਫਾਦਰ ਦੇ ਸ਼ੋਅ ਕਰ ਦਿੱਤੇ ਆ, ਤਾਂ ਉਹਨਾਂ ਦਾ ਸੋਰਸ ਆਫ ਇਨਕਮ ਕੀ ਆ, ਤੁਹਾਡੇ ਪੇਰੈਂਟਸ ਦੀ ITR ਕੀ ਹੈਗੀ ਆ, ਉਹਨਾਂ ਦਾ ਈਅਰਲੀ ਟਰਨ ਓਵਰ ਕੀ ਹੈ, ਕਿ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ। ਸੋ ਆਪਣੇ ਕੁਐਸਚਨ ਫੰਡਸ ਨੂੰ ਲੈ ਕੇ ਵੀ ਕਲੀਅਰ ਰੱਖੋ। ਮੋਰ ਡਿਟੇਲ ਲਈ ਕਾਲ ਕਰ ਸਕਦੇ ਹੋ ਦਾ ਵੀਜ਼ਾ ਆਫਿਸ 90410 90410। ਅਗਰ ਸਪਟੈਂਬਰ ਇਨਟੇਕ ਅਪਲਾਈ ਕਰਨਾ ਚਾਹੁੰਦੇ ਹਾਂ ਤਾਂ ਸਟਿਲ ਕੁਛ ਆਪਸ਼ਨਸ ਮਿਲ ਜਾਣਗੀਆਂ, ਨਹੀਂ ਤਾਂ ਜਨਵਰੀ 2025 ਓਪਨ ਹੋ ਚੁੱਕਾ ਵਾ, ਟਾਈਮ ਸਿਰ ਅਪਲਾਈ ਕਰੋ। ਸਤਿ ਸ਼੍ਰੀ ਅਕਾਲ।